ਉਹਨੇ ਸਿਰਫ 3 ਬੀਜ 4 ਬੀਜ ਦੇਣੇ, ਅਗਰ 1 ਬੀਜ ਮਰਿਆ ਹੋਇਆ ਵਾ ਤੇ 1 ਜਰਮੀਨੇਟ ਨਹੀਂ ਵੀ ਹੁੰਦਾ ਤੇ 2 ਬੀਜ ਤੁਹਾਡੇ ਲਾਜ਼ਮੀ ਜਰਮੀਨੇਸ਼ਨ ਕਰਨਗੇ। ਇੱਕ ਤੇ ਬੂਟਾ ਸੜਿਆ ਨਹੀਂ ਹੈਗਾ ਤੇ ਦੂਸਰਾ ਪੂਰਾ ਜਰਮੀਨੇਟ ਕੀਤਾ ਹੈਗਾ ਜੇ। ਚੋਪੇ ਦਾ ਫਾਸਲਾ 5 ਤੋਂ 6 ਇੰਚ ਦਾ ਹੈਗਾ ਜੇ। ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਟੋਪ ਕਲਾਸ ਕੁਆਲਿਟੀ ਦਾ ਜਿਹੜਾ ਨਾ ਜੀ ਅਸੀਂ ਬਣਾ ਕੇ ਦੇਂਦੇ ਪਏ ਹਾਂ ਪਲਾਂਟਰ, ਆ ਜਿਹੜੇ ਪਲਾਂਟਰ ਦੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਹੈ। ਅਸਲਾਮ ਅਲੈਕੁਮ ਪਾਕਿਸਤਾਨ, ਕੀ ਹਾਲ ਚਾਲ ਆ ਮੇਰੇ ਦੋਸਤੋ। ਉਕਾੜਾ ਚੋਂ ਖਲੀਫਾ ਅਫਜ਼ਲ ਦਰਈ ਇੰਡਸਟਰੀ ਤੋਂ ਜੀ। ਤਿਰੀ ਵਾਲਾ ਪਲਾਂਟਰ ਅਲਹਮਦੁਲਿਲਾ ਜਰਮੀਨੇਸ਼ਨ ਦੀ ਵੀ ਨਾਲ ਹੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਲੱਗਾ ਜੇ। ਤਿਰੀ ਵਾਲੇ ਪਲਾਂਟਰ ਅਲਹਮਦੁਲਿਲਾ ਬੜੀ ਅੱਛੀ ਸੇਲ ਹੋ ਰਹੀ ਹੈ, ਬੜੀ ਅੱਛੀ ਸੇਲ ਕੀਤੀ ਹੈ ਅਲਹਮਦੁਲਿਲਾ। ਔਰ ਕਿਸ ਤਰੀਕੇ ਦੇ ਨਾਲ ਕੀਤੀ ਹੈ, ਸੀਡਰ ਲਗਾ ਕੇ ਦੇ ਰਹੇ ਹਾਂ, ਮਗਰ ਸੀਡਰ ਦੇ ਵਿੱਚ ਡਾਈਆਂ ਵੀ ਹੈਗੀਆਂ ਤਿਲਾਂ ਵਾਲੀਆਂ, ਉਹ ਲਹਿਦਾ ਮਿਲਦੀਆਂ ਨਹੀਂ ਪਈਆਂ, ਮਗਰ ਉਹਦੇ ਵਿੱਚ ਜਿਹੜਾ ਹੈਗਾ ਨਾ ਜੀ ਅਸੀਂ ਦੇਸੀ ਤਰੀਕੇ ਦੇ ਨਾਲ ਅਸੀਂ ਆਪਣਾ ਪੁਰਜ਼ਾ ਬਣਾ ਕੇ ਅਸੀਂ ਲਾਉਣ ਦੇ ਪਏ ਨੇ ਅਤੇ 100% ਅਲਹਮਦੁਲਿਲਾ ਜਰਮੀਨੇਸ਼ਨ ਹੋਈ ਹੈ। ਤੁਹਾਨੂੰ ਜਰਮੀਨੇਸ਼ਨ ਦੀ ਵੀਡੀਓ ਵੀ ਦਿਖਾਉਂਦਾ, ਫੀਡਬੈਕ ਵੀ ਤੁਹਾਨੂੰ ਟੋਟਲ ਇਹਦੀ ਵਰਕਿੰਗ ਵੀਡੀਓ ਵੀ ਤੁਹਾਨੂੰ ਦਿਖਾਉਂਦਾ ਜੀ। ਨਾ ਜੀ ਇਹ ਲੈ ਕੇ ਗਏ ਸੀਗੇ ਆਤਾ ਭਾਈ, ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਸੈਂਡ ਕੀਤੀ ਜੇ ਜਰਮੀਨੇਸ਼ਨ ਦੀ। ਮਾਸ਼ਾਅੱਲਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ 100% ਜਰਮੀਨੇਸ਼ਨ ਹੋਈ ਹੈ, 99%। ਇੱਕ ਤਾਂ ਬੂਟਾ ਸੜਿਆ ਨਹੀਂ ਹੈਗਾ ਅਤੇ ਦੂਸਰਾ ਪੂਰਾ ਜਰਮੀਨੇਟ ਕੀਤਾ ਹੈਗਾ ਜੇ। ਔਰ ਅਲਹਮਦੁਲਿਲਾ ਜਿਹੜਾ ਦੇਸੀ ਤਰੀਕੇ ਦੇ ਨਾਲ ਅਸੀਂ ਪੁਰਜ਼ਾ ਬਣਾ ਕੇ ਦਿੰਦੇ ਪਏ ਹਾਂ ਪਲਾਂਟਰਾਂ ਦੇ ਨਾਲ, ਮਾਸ਼ਾਅੱਲਾ ਬਹੁਤ ਜ਼ਬਰਦਸਤ ਬੜਾ ਕਾਮਯਾਬ ਹੋਇਆ ਜੇ। ਉਕਾੜਾ ਦੇ ਵਿੱਚ ਕਾਫੀ ਜਿਹੜੇ ਹੈਗੇ ਦੋਸਤ ਹੈਗੇ ਨੇ, ਦੁਕਾਨਦਾਰ ਹੈਗੇ ਨੇ, ਉਹਨਾਂ ਨਾਲ ਮੇਰੇ ਨਾਲ ਰਾਬਤਾ ਕੀਤਾ ਜੇ ਕਿ ਕਿਸ ਤਰੀਕੇ ਦੇ ਨਾਲ। ਦੇਖੋ ਨਾ ਜੀ ਕੋਈ ਵੀ ਆਪਣਾ ਜਿਹੜਾ ਨਾ ਕੋਈ ਵੀ ਚੀਜ਼ ਆ, ਯਾਨੀ ਕਿ ਜਿਹੜਾ ਹੁਨਰ ਹੈਗਾ ਨਾ ਉਹ ਜਲਦੀ ਕਿਸੇ ਨੂੰ ਸ਼ੇਅਰ ਨਹੀਂ ਕਰਦਾ ਹੈਗਾ, ਅਤੇ ਕਾਫੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈਗੀ ਕਿ ਕਿਹੜੀ ਚੀਜ਼ ਵਿੱਚ ਸੀਡਰਾਂ ਦੇ ਲਗਾ ਕੇ ਦਿੰਦਾ ਵਾ, ਕਿਸ ਤਰੀਕੇ ਨਾਲ ਲਗਾ ਕੇ ਦਿੰਦਾ, ਅਤੇ ਮੈਂ ਉਹ 'ਤੇ ਬੜੀ ਮਿਹਨਤ ਕੀਤੀ ਹੈ ਪਿੱਛੇ ਜਾ ਕੇ, ਅਤੇ ਅਲਹਮਦੁਲਿਲਾ ਉਹਦੀ ਹੁਣ ਮੈਂ ਤੁਹਾਨੂੰ ਜਰਮੀਨੇਸ਼ਨ ਦੀ ਵੀ ਸਾਰੀ ਵੀਡੀਓ ਟੋਟਲ ਦਿਖਾਉਂਦਾ ਜੇ। ਇਸ ਪਲਾਂਟਰ ਦੇ ਨਾਲ ਦਿੰਦੇ, ਇਹ ਵੀ ਪਲਾਂਟਰ ਜਾਣਾ ਜੇ, ਇਨਸ਼ਾਅੱਲਾ ਇਹਦੀ ਵੀ ਜਲਦੀ ਵੀਡੀਓ ਮੈਂ ਅਪਲੋਡ ਕਰਾਂਗਾ, ਹੋ ਸਕੇ ਤਾਂ ਮੈਂ ਇਨਸ਼ਾਅੱਲਾ ਆਪ ਹੀ ਨਾਲ ਜਾਵਾਂਗਾ। ਜੜ੍ਹਾਂ ਵਾਲੇ ਤੋਂ ਅੱਗੇ ਹੈਗਾ ਜੇ, ਪਤਾ ਨਹੀਂ ਕੀ ਨਾਮ ਹੈਗਾ ਇਲਾਕੇ ਦਾ। ਇਹ ਜਨਾਬ ਸਾਨੂੰ ਨਾ ਜੀ ਜਰਮੀਨੇਸ਼ਨ ਦੀ ਵੀਡੀਓ ਸਾਡੇ ਬਹੁਤ ਹੀ ਪਿਆਰੇ ਦੋਸਤ ਆਤ ਭਾਈ ਉਹਨਾਂ ਨੇ ਸੈਂਡ ਕੀਤੀ ਜੇ। ਅਲਹਮਦੁਲਿਲਾ ਟੋਪ ਕਲਾਸ ਦਾ ਜਿਹੜਾ ਰਿਜ਼ਲਟ ਆਇਆ ਜੇ ਪੂਰੇ ਪੰਜਾਬ ਦੇ ਵਿੱਚ, 99% ਜਰਮੀਨੇਸ਼ਨ ਹੋਈ ਹੈ, ਠੀਕ ਆ। ਹੁਣ ਜਿਹਦੇ ਜਿਸ ਤਰੀਕੇ ਦੇ ਨਾਲ ਅਸੀਂ ਦੇਸੀ ਤਰੀਕੇ ਦੇ ਨਾਲ ਅਸੀਂ ਸੀਡਰਾਂ ਦੇ ਵਿੱਚ ਆਪਣਾ ਪੁਰਜ਼ਾ ਫਿੱਟ ਕਰਾ ਕੇ, ਉਸ ਤੋਂ ਇਲਾਵਾ ਜਿਹੜਾ ਥੋੜ੍ਹੀ ਚੇਂਜਿੰਗ ਕਰਕੇ ਅਸੀਂ ਜਿਹੜਾ ਚਲਾ ਰਹੇ ਨਾ ਜੀ ਆਪਣੇ ਪਲਾਂਟਰ ਨੂੰ, ਉਹਨੇ ਸਿਰਫ 3 ਬੀਜ 4 ਬੀਜ ਦੇਣੇ, ਅਗਰ 1 ਬੀਜ ਮਰਿਆ ਹੋਇਆ ਵਾ ਤੇ 1 ਜਰਮੀਨੇਟ ਨਹੀਂ ਵੀ ਹੁੰਦਾ ਤੇ 2 ਬੀਜ ਤੁਹਾਡੇ ਲਾਜ਼ਮੀ ਜਰਮੀਨੇਸ਼ਨ ਕਰਨਗੇ, ਠੀਕ ਆ ਜੀ। ਅਤੇ ਅਲਹਮਦੁਲਿਲਾ ਚੋਪੇ ਤੋਂ ਚੋਪੇ ਦਾ ਫਾਸਲਾ 5 ਤੋਂ 6 ਇੰਚ ਦਾ ਹੈਗਾ ਜੇ। ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਕੋਠੇ ਦਾ ਫਾਸਲਾ ਵੀ 16 ਇੰਚ 18 ਇੰਚ 20 ਇੰਚ ਹਰ ਇਲਾਕੇ ਦੇ ਵਿੱਚ ਮੁਖਤਲਿਫ ਕੈਟਾਗਰੀ ਦੇ ਨਾਲ ਚੱਲਦਾ ਪਿਆ ਜੇ। ਅਤੇ ਮਾਸ਼ਾਅੱਲਾ ਟੋਪ ਕਲਾਸ ਕੁਆਲਿਟੀ ਦਾ ਜਿਹੜਾ ਨਾ ਜੀ ਅਸੀਂ ਬਣਾ ਕੇ ਦਿੰਦੇ ਪਏ ਹਾਂ ਪਲਾਂਟਰ, ਆ ਜਿਹੜੇ ਪਲਾਂਟਰ ਦੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਹੈ। ਕਿਸੇ ਵੀ ਦੋਸਤ ਨੇ ਆਪਣਾ ਪਲਾਂਟਰ ਬੁੱਕ ਕਰਵਾਉਣਾ ਵਾ, ਸਾਡੇ ਕੋਲੋਂ ਪਲਾਂਟਰ ਹਾਸਲ ਕਰਨਾ ਵਾ, ਫੋਨ ਨੰਬਰ ਮੇਰਾ ਨੋਟ ਕਰ ਲਓ, 0345 7545 358। ਇਹ ਮੇਰਾ ਫੋਨ ਨੰਬਰ ਹੈ, ਉਕਾੜਾ 'ਚ ਖਲੀਫਾ ਅਫਜ਼ਲ ਦਰਈ ਇੰਡਸਟਰੀ ਵਾਲੇ, ਉਕਾੜਾ 'ਚ ਤਿਲੀ ਵਾਲਾ ਪਲਾਂਟਰ ਬਣਾਉਣ ਵਾਲੇ ਮਸ਼ਹੂਰ। ਅਤੇ ਅਲਹਮਦੁਲਿਲਾ ਕਾਫੀ ਦੋਸਤਾਂ ਨੂੰ ਮੈਂ ਗਾਈਡ ਵੀ ਕੀਤਾ, ਕਾਫੀ ਦੋਸਤਾਂ ਨੂੰ ਜਿਹੜਾ ਵਾ ਬਣਾ ਕੇ ਵੀ ਦਿੱਤੇ ਨੇ, ਔਰ ਬਹੁਤ ਅੱਛਾ ਫੀਡਬੈਕ ਵੀ ਮਿਲਿਆ ਜੇ। ਅਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਨਵੀਂ ਤੋਂ ਨਵੀਂ ਚੀਜ਼ ਇੰਟਰੋਡਿਊਸ ਕਰਵਾਈਏ। ਅਤੇ ਅਲਹਮਦੁਲਿਲਾ ਸਾਡੇ ਦੋਸਤਾਂ ਨੇ, ਸਾਡੇ ਕਸਟਮਰ ਨੇ, ਸਾਡੇ ਜਿੰਨੇ ਵੀ ਜ਼ਮੀਨਦਾਰ ਭਾਈ ਹੈਗੇ ਨੇ ਬਹੁਤ ਅੱਛਾ ਫੀਡਬੈਕ ਦਿੱਤਾ ਜੇ। ਫਿਰ ਜਿਸ ਤਰੀਕੇ ਨਾਲ ਅਸੀਂ ਇਹ ਚੋਪਾ ਲਵਾਉਂਦੇ ਪਏ ਹਾਂ ਨਾ ਜੀ, ਉਹਦੇ ਨਾਲ ਤੁਹਾਨੂੰ ਛਦਰਾਈ ਨਹੀਂ ਕਰਨੀ ਪੈਂਦੀ ਹੈਗੀ, ਬੂਟਾ ਪੁੱਟਣਾ ਨਹੀਂ ਪੈਂਦਾ ਹੈਗਾ,
ਜੇ ਤੁਸੀਂ ਕੇਰਾ ਕਰਦੇ ਹੋ, ਜਿਵੇਂ ਕਿ ਕਾਫੀ ਦੋਸਤ ਹੈਗੇ ਕੇਰੇ ਵਾਲਾ ਬਣਵਾਉਂਦੇ ਪਏ ਨੇ ਮੀਆਂ ਚੰਨੂ ਚ ਕਰੋੜ ਪੱਕੇ ਵਾਲੇ, ਮਗਰ ਅਸੀਂ ਉਹ ਕੇਰੇ ਵਾਲਾ ਅਸੀਂ ਰਿਕਮੈਂਡ ਨਹੀਂ ਆਪਣੇ ਕਸਟਮਰ ਨੂੰ ਕਰੀਦਾ, ਇਸ ਕੋਲ ਅਸੀਂ ਚੋਪੇ ਵਾਲਾ ਬਣਾ ਕੇ ਦੇਈਦਾ। ਕੇਰੇ ਵਾਲੇ ਦੇ ਨਾਲ ਤੁਹਾਨੂੰ ਛਦਰਾਈ ਬਹੁਤ ਕਰਨੀ ਪੈਂਦੀ ਜੇ, ਤੇ ਚੋਪੇ ਵਾਲੇ ਨਾਲ ਨਹੀਂ ਕਰਨੀ ਪੈਂਦੀ। ਜਜ਼ਾਕ ਅੱਲਾ, ਸਲਾਮ ਅਲੈਕੁਮ।